ਜਿਵੇਂ ਕਿ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਕੰਗ ਗੋਟ ਫਾਰਮ ਤੇ ਫੇਰ ਟ੍ਰੇਨਿੰਗ ਲੱਗਣ ਜਾ ਰਹੀ ਹੈ 4 ਤੇ 5 ਮਈ ਨੂੰ। ਮੇਰੀਆਂ ਭੈਣਾਂ ਵੀ ਇਸ ਟ੍ਰੇਨਿੰਗ ਦੇ ਵਿੱਚ ਹਿੱਸਾ ਲੈ ਸਕਦੀਆਂ, ਹਿੱਸਾ ਲੈ ਕੇ ਆਪਣੇ ਬੱਕਰੀ ਫਾਰਮ ਦਾ ਕੰਮ ਸ਼ੁਰੂ ਕਰ ਸਕਦੀਆਂ ਨੇ। ਜਿਹੜੀ ਵੀ ਮੇਰੀਆਂ ਭੈਣਾਂ ਘਰ ਬੈਠੇ ਸੋਚਦੀਆਂ ਵੀ ਮੈਂ ਕੋਈ ਕੰਮ ਕਰਾਂ, ਉਹ ਇਸ ਕੰਮ ਨੂੰ, ਬੱਕਰੀ ਫਾਰਮ ਦੇ ਕੰਮ ਨੂੰ ਘਰ ਬੈਠ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੀਆਂ ਨੇ। ਸਤਿ ਸ਼੍ਰੀ ਅਕਾਲ, ਮੈਂ ਸਵੀਟੀ ਕੰਗ ਕੰਗ ਗੋਟ ਫਾਰਮ ਤੋਂ। ਜਿਵੇਂ ਕਿ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਕੰਗ ਗੋਟ ਫਾਰਮ ਤੇ ਫੇਰ ਟ੍ਰੇਨਿੰਗ ਲੱਗਣ ਜਾ ਰਹੀ ਹੈ 4 ਤੇ 5 ਮਈ ਨੂੰ। ਮੇਰੀਆਂ ਭੈਣਾਂ ਵੀ ਇਸ ਟ੍ਰੇਨਿੰਗ ਦੇ ਵਿੱਚ ਹਿੱਸਾ ਲੈ ਸਕਦੀਆਂ, ਹਿੱਸਾ ਲੈ ਕੇ ਆਪਣੇ ਬੱਕਰੀ ਫਾਰਮ ਦਾ ਕੰਮ ਸ਼ੁਰੂ ਕਰ ਸਕਦੀਆਂ ਨੇ। ਜਿਹੜੀ ਵੀ ਮੇਰੀਆਂ ਭੈਣਾਂ ਘਰ ਬੈਠੇ ਸੋਚਦੀਆਂ ਵੀ ਮੈਂ ਕੋਈ ਕੰਮ ਕਰਾਂ, ਉਹ ਇਸ ਕੰਮ ਨੂੰ, ਬੱਕਰੀ ਫਾਰਮ ਦੇ ਕੰਮ ਨੂੰ ਘਰ ਬੈਠ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੀਆਂ ਨੇ, ਇਸ ਕੰਮ ਨੂੰ ਘਰ ਬੈਠ ਕੇ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰ ਸਕਦੀਆਂ ਨੇ। ਸੋ ਸਾਡੇ ਕੰਗ ਗੋਟ ਫਾਰਮ 'ਤੇ 4 ਅਤੇ 5 ਮਈ ਨੂੰ ਟ੍ਰੇਨਿੰਗ ਲੱਗਣ ਜਾ ਰਹੀ ਹੈ। ਇਹ ਸਿਰਫ ਟ੍ਰੇਨਿੰਗ ਨਹੀਂ ਹੈ, ਇੱਕ ਪ੍ਰੈਕਟੀਕਲ ਟ੍ਰੇਨਿੰਗ ਹੈ। ਜਿਵੇਂ ਕਿ ਇਕੱਲੀ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਜਾਣਕਾਰੀ ਨਹੀਂ, ਸਿੱਖਣ ਨੂੰ ਵੀ ਬਹੁਤ ਕੁਛ ਮਿਲੇਗਾ। ਜਿਵੇਂ ਬੱਕਰੀਆਂ ਦੇ ਸ਼ੈੱਡ ਦੀ ਮੈਨੇਜਮੈਂਟ, ਬੱਚਿਆਂ ਦੀ ਸਾਂਭ ਸੰਭਾਲ, ਬੱਕਰੀ ਦੀ ਪਛਾਣ ਕਿਵੇਂ ਕਰਨੀ ਹੈ, ਲੋਨ ਬਾਰੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹੈ, ਕੀ ਉਹਦੀ ਫੋਰਮੈਲਿਟੀਜ਼ ਨੇ, ਇਹ ਸਾਰਾ ਕੁਝ ਸਾਡੀ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਬੜੇ ਹੀ ਵਿਸਤਾਰ ਤਰੀਕੇ ਨਾਲ ਦੱਸਿਆ ਜਾਏਗਾ। ਔਰ ਸੋ ਮੇਰੀਆਂ ਭੈਣਾਂ ਜਿਹੜੀਆਂ ਵੀ ਇਸ ਟ੍ਰੇਨਿੰਗ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੀਆਂ, ਨੀਚੇ ਦਿੱਤੇ ਗਏ ਕੰਗ ਗੋਟ ਫਾਰਮ ਦੇ ਨੰਬਰ ਦੇ ਉੱਤੇ ਫੋਨ ਕਰਕੇ ਹੋਰ ਜਾਣਕਾਰੀ ਹਾਸਿਲ ਕਰ ਸਕਦੇ ਹੈ। 4 ਅਤੇ 5 ਮਈ ਨੂੰ ਕੰਗ ਗੋਟ ਫਾਰਮ 'ਤੇ ਟ੍ਰੇਨਿੰਗ ਲੱਗਣ ਜਾ ਰਹੀ ਹੈ। ਧੰਨਵਾਦ।